ਨਾਮ ਤੁਹਾਡਾ? ਸਰਦਾਰ ਦਲਬਾਗ ਸਿੰਘ। ਦਲਬਾਗ ਜੀ, ਕੀ ਕਹਿਣਾ ਚਾਹੁੰਦੇ ਜੀ ਵੱਖਰੇ ਤਰੀਕੇ ਨਾਲ ਮੁਹਿੰਮ ਦੇ ਨਾਲ ਜੁੜੇ ਜਾ ਰਹੇ ਹੋ? ਇਹ ਅਸੀਂ ਜੀ ਪੋਸਟਰ ਵੰਡਣ ਆ 26 ਤਰੀਕ ਨੂੰ ਦਿੱਲੀ ਵਾਸਤੇ। ਹਰ ਇਨਸਾਨ, ਹਰ ਜਵਾਨ, ਹਰ ਕਿਸਾਨ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਦਿੱਲੀ ਪਹੁੰਚੋ। ਜਿਹੜੇ ਮੇਰੇ ਕਿਸਾਨ ਵੀਰ ਦਿੱਲੀ ਨਹੀਂ ਜਾ ਸਕਦੇ ਉਹ ਸਾਡੇ ਟੋਲ ਪਲਾਜ਼ੇ 'ਤੇ ਆ ਜਾਣ। ਸਾਡੇ ਕੋਲ ਇੱਥੋਂ ਆਪਾਂ ਟਰਾਲੀਆਂ ਦਾ ਜਿਹੜਾ ਮਾਰਚ ਕੱਢਣਾ ਵਾ ਉਹ ਮਾਰਚ ਆਪਾਂ ਜੰਡਿਆਲੇ ਥਾਣੀ ਹੋਇਆ ਕੱਢਣਾ। ਮੇਰੇ ਹਰ ਵੀਰ ਨੂੰ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਟਰੈਕਟਰ ਲੈ ਕੇ ਜਿਹੜੇ ਦਿੱਲੀ ਜਾ ਸਕਦੇ ਦਿੱਲੀ ਚਲ ਜਾਓ, ਜਿਹੜੇ ਨਹੀਂ ਦਿੱਲੀ ਜਾ ਸਕਦੇ ਉਹ ਟੂਲ ਪੱਜੇ 'ਤੇ ਆ ਜਾਓ 11 ਵਜੇ ਤੋਂ ਪਹਿਲਾਂ 11 ਵਜੇ ਆਪਾਂ ਇੱਥੋਂ ਮਾਰਚ ਤੋਰਾਂਗੇ ਪਿੰਡਾਂ ਨੂੰ। ਅਤੇ ਮੈਂ ਨਾ ਵੀ ਮੇਰੀ ਸੁਣਦੇ ਵੀਰ ਜਿੰਨੀ ਵੀ ਹੋਣਾ ਹੱਥ ਜੋੜ ਕੇ ਬੇਨਤੀ ਵੀ ਲੱਖਾਂ ਦੇ ਵਿੱਚ ਟਰੈਕਟਰ ਆਪਣਾ ਟੂਲ 'ਤੇ ਹੋਣਾ ਚਾਹੀਦਾ। ਚਿਪਕਾਉਣ ਵਾਲੇ ਸਟਿੱਕਰ ਵੀ ਰੱਖੇ ਹੋਏ? ਬਿਲਕੁਲ ਆ ਵੀ ਆ ਜੀ, ਗੋਲ ਸੜਕ ਉੱਤੇ ਲਾਉਣ ਵਾਲੇ ਵੀ ਹੈਗੇ ਆ, ਗੋਲ ਅੰਦਰ ਪਏ ਆ ਉਹ ਵੀ ਹੈਗੇ ਆ, ਟਰੈਕਟਰਾਂ 'ਤੇ ਲਾਵਾਂਗੇ, ਗੱਡੀਆਂ 'ਤੇ ਲਾਈਦੇ ਆ, ਬੜੇ ਲਾਏ ਰਾਤੀ ਅਸੀਂ। ਹਾਂਜੀ, ਲੋਕਾਂ ਦਾ ਕਿਸ ਤਰ੍ਹਾਂ? ਬਹੁਤ ਜ਼ਿਆਦਾ ਜੀ, ਮੈਂ ਨਾ ਫੋਨ ਬੜੇ ਆਉਂਦੇ ਸਾਨੂੰ ਇੱਥੋਂ ਜੀ, ਦੱਸੋ ਜੀ ਅਸੀਂ ਦਿੱਲੀ ਨਹੀਂ ਜਾ ਸਕਦੇ, ਅਸੀਂ ਇੱਥੇ ਆਈਏ, ਦਿੱਲੀ ਨਹੀਂ ਜਾ ਸਕਦੇ ਅਸੀਂ। ਬਿਲਕੁਲ, ਪਰ ਸਾਰੇ ਪਿੰਡ ਤੋਂ ਸਾਰੇ ਲੋਕ ਦਿੱਲੀ ਨਹੀਂ ਪਹੁੰਚ ਸਕਦੇ, ਉਹ ਇੱਥੇ ਆਉਂਦੇ ਆ। ਅਤੇ ਵੱਧ ਤੋਂ ਵੱਧ ਅਸੀਂ ਦਿੱਲੀ, ਮਤਲਬ ਮੈਨੂੰ ਜ਼ਿਆਦਾ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਟਰਾਲੀ ਕਰਦੀ ਕੱਲ੍ਹ ਤੋਂ ਆਪਣੇ ਤੱਕ ਨਹੀਂ ਪਹੁੰਚ ਸਕਦਾ। ਉਹ ਆਪਣੇ ਕੋਠਿਆਂ 'ਤੇ ਉਹ ਕੋਠਿਆਂ 'ਤੇ ਝੰਡੇ ਲਾਵੇ। ਹਰ ਕਿਸਾਨ, ਹਰ ਜਵਾਨ ਨੂੰ ਸਾਡੀ ਬੇਨਤੀ ਆ ਕਿ ਆਪਣੇ ਕੋਠਿਆਂ ਦੇ ਉੱਤੇ ਝੰਡੇ ਲਾਓ, ਲਾਉਣਾ ਚਾਹੀਦਾ। ਕੀ ਨਾਮ ਤੁਹਾਡਾ? ਸਰਦਾਰ ਦਲਬਾਗ ਸਿੰਘ। ਦਲਬਾਗ ਜੀ, ਕੀ ਕਹਿਣਾ ਚਾਹੁੰਦੇ ਜੀ ਵੱਖਰੇ ਤਰੀਕੇ ਨਾਲ ਮੁਹਿੰਮ ਦੇ ਨਾਲ ਜੁੜੇ ਜਾ ਰਹੇ ਹੋ? ਇਹ ਅਸੀਂ ਜੀ ਪੋਸਟਰ ਵੰਡਣ ਆ 26 ਤਰੀਕ ਨੂੰ ਦਿੱਲੀ ਵਾਸਤੇ। ਹਰ ਇਨਸਾਨ, ਹਰ ਜਵਾਨ, ਹਰ ਕਿਸਾਨ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਦਿੱਲੀ ਪਹੁੰਚੋ। ਜਿਹੜੇ ਮੇਰੇ ਕਿਸਾਨ ਵੀਰ ਦਿੱਲੀ ਨਹੀਂ ਜਾ ਸਕਦੇ ਉਹ ਸਾਡੇ ਟੋਲ ਪਲਾਜ਼ੇ 'ਤੇ ਆ ਜਾਣ। ਸਾਡੇ ਕੋਲ ਇੱਥੋਂ ਆਪਾਂ ਟਰਾਲੀਆਂ ਦਾ ਜਿਹੜਾ ਮਾਰਚ ਕੱਢਣਾ ਵਾ ਉਹ ਮਾਰਚ ਆਪਾਂ ਜੰਡਿਆਲੇ ਥਾਣੀ ਹੋਇਆ ਕੱਢਣਾ। ਮੇਰੇ ਹਰ ਵੀਰ ਨੂੰ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਟਰੈਕਟਰ ਲੈ ਕੇ ਜਿਹੜੇ ਦਿੱਲੀ ਜਾ ਸਕਦੇ ਦਿੱਲੀ ਚਲ ਜਾਓ, ਜਿਹੜੇ ਨਹੀਂ ਦਿੱਲੀ ਜਾ ਸਕਦੇ ਉਹ ਟੂਲ ਪੱਜੇ 'ਤੇ ਆ ਜਾਓ 11 ਵਜੇ ਤੋਂ ਪਹਿਲਾਂ 11 ਵਜੇ ਆਪਾਂ ਇੱਥੋਂ ਮਾਰਚ ਤੋਰਾਂਗੇ ਪਿੰਡਾਂ ਨੂੰ। ਅਤੇ ਮੈਂ ਨਾ ਵੀ ਮੇਰੀ ਸੁਣਦੇ ਵੀਰ ਜਿੰਨੀ ਵੀ ਹੋਣਾ ਹੱਥ ਜੋੜ ਕੇ ਬੇਨਤੀ ਵੀ ਲੱਖਾਂ ਦੇ ਵਿੱਚ ਟਰੈਕਟਰ ਆਪਣਾ ਟੂਲ 'ਤੇ ਹੋਣਾ ਚਾਹੀਦਾ। ਕੀ ਚਿਪਕਾਉਣ ਵਾਲੇ ਸਟਿੱਕਰ ਵੀ ਰੱਖੇ ਹੋਏ? ਬਿਲਕੁਲ ਆ ਵੀ ਆ ਜੀ, ਗੋਲ ਸੜਕ ਉੱਤੇ ਲਾਉਣ ਵਾਲੇ ਵੀ ਹੈਗੇ ਆ, ਗੋਲ ਅੰਦਰ ਪਏ ਆ ਉਹ ਵੀ ਹੈਗੇ ਆ, ਟਰੈਕਟਰਾਂ 'ਤੇ ਲਾਵਾਂਗੇ, ਗੱਡੀਆਂ 'ਤੇ ਲਾਈਦੇ ਆ, ਬੜੇ ਲਾਏ ਰਾਤੀ ਅਸੀਂ। ਅਤੇ ਕਿਸ ਤਰ੍ਹਾਂ ਦਾ ਹੁੰਗਾਰਾ? ਹਾਂਜੀ, ਲੋਕਾਂ ਦਾ ਕਿਸ ਤਰ੍ਹਾਂ? ਬਹੁਤ ਜ਼ਿਆਦਾ ਜੀ, ਮੈਂ ਨਾ ਫੋਨ ਬੜੇ ਆਉਂਦੇ ਸਾਨੂੰ ਇੱਥੋਂ ਜੀ, ਦੱਸੋ ਜੀ ਅਸੀਂ ਦਿੱਲੀ ਨਹੀਂ ਜਾ ਸਕਦੇ, ਅਸੀਂ ਇੱਥੇ ਆਈਏ, ਦਿੱਲੀ ਨਹੀਂ ਜਾ ਸਕਦੇ ਅਸੀਂ। ਬਿਲਕੁਲ, ਪਰ ਸਾਰੇ ਪਿੰਡ ਤੋਂ ਸਾਰੇ ਲੋਕ ਦਿੱਲੀ ਨਹੀਂ ਪਹੁੰਚ ਸਕਦੇ, ਉਹ ਇੱਥੇ ਆਉਂਦੇ ਆ। ਅਤੇ ਵੱਧ ਤੋਂ ਵੱਧ ਅਸੀਂ ਦਿੱਲੀ, ਮਤਲਬ ਮੈਨੂੰ ਜ਼ਿਆਦਾ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਟਰਾਲੀ ਕਰਦੀ ਕੱਲ੍ਹ ਤੋਂ ਆਪਣੇ ਤੱਕ ਨਹੀਂ ਪਹੁੰਚ ਸਕਦਾ। ਉਹ ਆਪਣੇ ਕੋਠਿਆਂ 'ਤੇ ਕੀ ਕਰਦੇ? ਉਹ ਕੋਠਿਆਂ 'ਤੇ ਝੰਡੇ ਲਾਵੇ। ਹਰ ਕਿਸਾਨ, ਹਰ ਜਵਾਨ ਨੂੰ ਸਾਡੀ ਬੇਨਤੀ ਆ ਕਿ ਆਪਣੇ ਕੋਠਿਆਂ ਦੇ ਉੱਤੇ ਝੰਡੇ ਲਾਓ, ਲਾਉਣਾ ਚਾਹੀਦਾ।